ਸਿਆਣੇ ਕਹਿੰਦੇ ਨੇ ਕਿ ਨਸੀਬਾਂ ਦੇ ਵਿੱਚ ਜੋ ਹੁੰਦਾ ਉਹੀ ਮਿਲਦਾ ਹੈ, ਅਤੇ ਨਸੀਬ ਹੀ ਨੇ ਜਿਹੜੇ ਬੰਦੇ ਨੂੰ ਅਰਸ਼ ਤੋਂ ਫਰਸ਼ 'ਤੇ ਲੈ ਜਾਂਦੇ ਨੇ ਅਤੇ ਫਰਸ਼ ਤੋਂ ਅਰਸ਼ 'ਤੇ ਲੈ ਆਉਂਦੇ ਨੇ। ਅੱਜ ਜਿਨ੍ਹਾਂ ਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਉਹ ਬੋਲੀਵੁੱਡ ਦੀਆਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਆਏ ਹੋਏ ਨੇ ਅਤੇ ਬੜੇ ਬੜੇ ਬੋਲੀਵੁੱਡ ਸਟਾਰਾਂ ਨਾਲ ਉਹਨਾਂ ਨੇ ਫਿਲਮਾਂ ਦੇ ਵਿੱਚ ਰੋਲ ਵੀ ਅਦਾ ਕੀਤੇ ਹੋਏ ਨੇ। ਫਿਲਮਾਂ ਦੇ ਵਿੱਚ ਕੀ ਨਾਮ ਚੱਲਦਾ ਹੈ ਤੁਹਾਡਾ? ਘੋੜਾ ਭਾਜੀ ਕਹਿੰਦੇ ਮੈਨੂੰ, ਘੋੜਾ ਭਾਜੀ। ਕਿਹੜੀ ਕਿਹੜੀ ਫਿਲਮ ਸੀ ਬੋਲੀਵੁੱਡ ਦੀ ਜਿਨ੍ਹਾਂ ਦੇ ਵਿੱਚ ਤੁਸੀਂ ਆਉਂਦੇ ਰਹੇ ਹੋ? ਮੈਂ ਕਰਮਾ ਫਿਲਮ, ਫਿਰ ਪਾਲੇ ਖਾਨ, ਫਿਰ ਐਲਾਨੇ ਜੰਗ, ਲੇਹ ਲਗਾ ਬਰਫਾਂ ਦੇ ਗਿਆ। ਮੈਂ ਇੱਥੇ ਆਉਂਦੇ ਬਿਮਾਰ ਹੋ ਗਿਆ ਭਾਜੀ, ਮੈਂ ਆਉਂਦੇ ਬਿਮਾਰ ਹੋ ਗਿਆ, ਮੈਂ ਤਾਂ ਚਲਾ ਚਲਾ ਸੀ ਦੇਣ ਦੁਨੀਆ ਦਾ, ਮੈਨੂੰ ਟੀਕੇ ਲਾਈਆਂ। ਕਿਹੜੇ ਕਿਹੜੇ ਬੋਲੀਵੁੱਡ ਸਟਾਰ ਨੂੰ ਮਿਲੇ ਹੋ ਤੁਸੀਂ ਹੁਣ ਤਾਈਂ? ਫੋਟੋਆਂ ਫੋਟੋਆਂ ਹੈ ਨਾ ਸਾਰਿਆਂ ਨਾਲ? ਬੜੀਆਂ ਫੋਟੋਆਂ ਭਾਜੀ, ਦਾਰਾ ਸਿੰਘ ਨਾਲ, ਮਦੇ ਧਰਮਿੰਦਰ ਨਾਲ, ਧਰਮਿੰਦਰ ਮੁੰਡੇ ਨਾਲ, ਬੋਈ ਦੋ ਨਾਲ, ਜੈਗੀ ਨਾਲ। ਕੀ ਰੋਲ ਨਿਭਾਉਂਦੇ ਹੁੰਦੇ ਤੁਸੀਂ ਫਿਲਮਾਂ ਦੇ ਵਿੱਚ? ਕਿਹੋ ਜਿਹੇ ਰੋਲ ਮਿਲਦੇ ਹੁੰਦੇ ਤੁਹਾਨੂੰ? ਮੈਨੂੰ ਰੋਲ ਨਹੀਂ ਮਿਲਦੇ, ਮੈਂ ਘੋੜਿਆਂ ਕਰਕੇ ਜਾਂਦਾ ਸੀ ਨਾ, ਮੈਂ ਘੋੜੇ ਟਰੱਕਾਂ ਲੱਦਣੇ ਲਾਹਣੇ, ਅਤੇ ਮੈਨੂੰ ਕੋਈ ਰੋਲ ਵੀ ਦੇ ਲੱਗ ਪਏ, ਮਤਲਬ ਜੈਗੀ ਵਿਚਾਰਾ ਵਾਕਫ ਹੋ ਗਿਆ। ਦਾਰਾ ਸਿੰਘ ਜੀ ਨਾਲ ਵੀ ਫੋਟੋ ਨੇ, ਦਾਰਾ ਜੀ ਭਲਵਾਨ ਹੁੰਦੇ ਸੀ ਆਪਣੇ ਟਾਈਮ ਦੇ, ਬਹੁਤ ਮੰਨੇ ਪਰਮੰਨੇ, ਤਾਂ ਕਿਸ ਤਰ੍ਹਾਂ ਦਾ ਸੁਭਾਅ ਸੀ ਉਹਨਾਂ ਦਾ? ਬੜਾ ਵਧੀਆ ਸੁਭਾਅ ਸੀ ਭਾਜੀ ਉਹਨਾਂ ਦਾ, ਮਤਲਬ ਬਹੁਤ ਵਿਚਾਰੇ ਚੰਗੇ ਬੰਦੇ ਸੀ ਵਿਚਾਰੇ। ਤੁਹਾਨੂੰ ਉਦੋਂ ਮਿਹਨਤ ਮਿਲਦੀ ਹੁੰਦੀ, ਤੁਹਾਡੀ ਦਿਹਾੜੀ ਦਿੰਦੇ ਹੁੰਦੇ ਫਿਲਮਾਂ ਦੇ ਵਿੱਚ ਆਉਂਦੇ? ਨਹੀਂ ਭਾਜੀ, ਉਦੋਂ 500 ਰੁਪਇਆ ਭਾਜੀ ਬੜਾ ਹੁੰਦਾ ਸੀ, 500 ਰੁਪਇਆ ਦਿਹਾੜੀ ਦਿੰਦੇ ਸੀ ਮੈਨੂੰ। ਬਾਪੂ ਜੀ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਤੁਹਾਡੇ ਪਰਿਵਾਰ, ਬੱਚੇ ਜਾਂ ਤੁਹਾਡੀ ਫੈਮਿਲੀ? ਬੱਚੇ 2 ਵਜੇ। ਕਿੰਨਾ ਚਿਰ ਪਹਿਲਾਂ ਫਿਲਮਾਂ ਦੇ ਵਿੱਚ ਆਉਂਦੇ ਰਹੇ ਹੋ, ਅੱਜ ਤੋਂ ਕਿੰਨਿਆਂ ਦੇਰ ਪਹਿਲਾਂ ਦੀ ਗੱਲ ਹੈ? ਮੈਂ ਕਰਮਾ ਫਿਲਮ ਨੂੰ ਕਿੰਨਾ ਚਿਰ, ਕਿੰਨੇ ਸਾਲ ਹੋ ਗਏ ਭਾਜੀ ਮੈਨੂੰ ਪਤਾ ਨਹੀਂ, 15-20 ਸਾਲ ਹੋ ਗਏ ਜੀ ਕਰਮਾ ਫਿਲਮ ਨੂੰ। ਜਿਹੜੇ ਫਿਲਮਾਂ ਦੇ ਵਿੱਚ ਆਉਂਦੇ ਨੇ ਉਹਨਾਂ ਨੇ ਬੜੇ ਬੜੇ ਮਹਿਲ ਬਣਾ ਲੈਂਦੇ ਨੇ, ਬੜੀਆਂ ਬੜੀਆਂ ਗੱਡੀਆਂ ਹੁੰਦੀਆਂ ਨੇ, ਅਤੇ ਤੁਸੀਂ ਅੱਜ ਇਹ ਹਾਲਾਤ ਦੇ ਵਿੱਚ ਹੋ, ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਤੁਹਾਡੇ? ਭਾਜੀ ਬਹੁਤ ਮਾੜੇ ਹਾਲ ਹੈ, ਮੈਂ ਰਸ਼ਕਾ ਨਹੀਂ ਚੱਲਦਾ ਮੇਰੇ ਕੋਲ। ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ, ਕਿਉਂ ਨੇ ਪੈਸੇ ਜੋੜੇ ਨਹੀਂ ਤੁਸੀਂ ਉਦੋਂ? ਨਹੀਂ ਭਾਜੀ ਪੈਸੇ ਕਿਤੇ ਜੁੜਦੇ ਆ, ਬਾਅਦ 'ਚ ਬੰਬੇ ਆਉਣਾ ਜਾਣਾ ਨਹੀਂ ਹੋਇਆ ਤੁਹਾਡਾ ਬਾਅਦ 'ਚ ਫਿਲਮਾਂ ਦੇ ਵਿੱਚ? ਹਰ ਵਿਸਾਖੀ 'ਤੇ ਜਾਂਦਾ ਹੈ ਭਾਜੀ, ਮੈਂ ਹਰ ਵਿਸਾਖੀ 'ਤੇ ਘੋੜੇ ਲੈ ਗਿਆ ਨਾ, ਮਾਲਕ ਆਉਂਦਾ ਜੇ ਘੋੜੇ ਖਰੀਦਣ ਤਾਂ ਮੈਨੂੰ ਬਹੁਤ ਵਧੀਆ ਖੜਦਾ ਵਾ। ਮੈਨੂੰ ਇਹ ਦੱਸੋ, ਜਦੋਂ ਧਰਮਿੰਦਰ ਦੇ ਪੁੱਤਰ ਬੋਬੀ ਦਿਓਲ ਨੂੰ ਮਿਲੇ ਸੀ ਤੁਸੀਂ, ਉਹਨਾਂ ਨਾਲ ਕਿਹੋ ਜਿਹੀ ਸਾਂਝ ਹੈ ਤੁਹਾਡੀ? ਬੜੀ ਵਧੀਆ ਸਾਂਝ ਸੀ, ਤੂੰ ਜਾਜਾ ਸਿਖਾਉਂਦਾ ਰਿਹਾ ਵਿਚਾਰੇ ਨੂੰ, ਬੋਬੀ ਦਿਓਲ ਨੂੰ ਭਾਜੀ ਮੈਂ ਜਾਜਾ ਸਿਖਾਉਂਦਾ ਰਿਹਾ, ਮੈਂ ਘੋੜੇ ਦੀ ਆ, ਮਤਲਬ ਉਹ ਡੈਡੀ ਨੂੰ ਰੋਂਦਾ ਸੀ, ਕਹਿੰਦਾ ਡੈਡੀ ਘੋੜੇ ਜ਼ਰੂਰ ਮੁੱਲ ਲੈ ਲਾ ਦੋਨੇ। ਹਾਲਾਤ ਅਤੇ ਨਸੀਬ ਬੰਦੇ ਨੂੰ ਫਰਸ਼ ਤੋਂ ਅਰਸ਼ 'ਤੇ, ਅਰਸ਼ ਤੋਂ ਫਰਸ਼ 'ਤੇ ਲੈ ਆਉਂਦੇ ਨੇ, ਅਤੇ ਇਹਨਾਂ ਨੂੰ ਅਰਸ਼ ਤੋਂ ਜਿਹੜਾ ਫਰਸ਼ 'ਤੇ ਲੈ ਆਉਂਦਾ। ਕਹਿੰਦੇ ਕਿ ਧਰਮਿੰਦਰ ਦਾ ਸੁਭਾਅ ਬਹੁਤ ਵਧੀਆ ਹੈ, ਪੰਜਾਬੀਆਂ ਨੂੰ ਬਹੁਤ ਪਿਆਰ ਦਿੰਦੇ ਨੇ ਉੱਥੇ ਜਦੋਂ ਜਾਂਦੇ ਆ। ਹਾਂਜੀ, ਧਰਮਿੰਦਰ ਦਾ ਸੁਭਾਅ ਤਾਂ ਠੀਕ ਸੀ, ਮਤਲਬ ਉਹ ਜਿਹੜਾ ਕੋਈ ਬੋਲਦਾ ਸੀ ਫਿਰ ਉਹਨੂੰ ਛੱਡਦਾ ਸੀ ਪੁੱਠਿਆ ਸੀ। ਹੁਣ ਕਿੰਨੀ ਕੁ ਦਿਹਾੜੀ ਪੈ ਜਾਂਦੀ ਤੁਹਾਡੀ ਪਰਿਵਾਰ ਚਲਾਉਣ ਵਾਸਤੇ, ਦਿਹਾੜੀ ਕਿੰਨੀ ਕੁ ਮਿਲ ਜਾਂਦੀ ਤੁਹਾਨੂੰ? ਮਤਲਬ 100-150 ਰੁਪਈਆ, ਕਦੀ 200, ਕਦੀ 150, ਕਦੀ 200, ਕਦੀ 100, ਕਦੀ ਨਹੀਂ ਵੀ, ਕਦੀ ਫਿਰ ਐਂ ਲੱਗਦਾ ਕਿਸੇ ਲੱਗ ਜਾਂਦਾ ਕਿਸੇ ਨਹੀਂ ਲੱਗਦਾ। ਆਪਣਾ ਰਿਸ਼ਤਾ ਤੁਹਾਡਾ ਜਾਂ ਕਿਵੇਂ? ਕਿਰਾਏ ਦੇ ਭਾਜੀ ਮੈਂ 40 ਰੁਪਏ ਕਰਾ ਦੇਣਾ। ਕਿਸੇ ਵੱਡੇ ਫਿਲਮੀ ਹੀਰੋ ਨੇ ਮਦਦ ਨਹੀਂ ਕੀਤੀ ਤੁਹਾਡੀ, ਕਿ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਥੋੜ੍ਹੀ ਬਹੁਤੀ ਮਦਦ ਦਿੱਤੀ ਹੋਵੇ ਤੁਹਾਨੂੰ ਕਿਸੇ ਨੇ? ਭਾਜੀ ਮੈਨੂੰ ਕਿਸੇ ਨੇ ਮਦਦ ਨਹੀਂ ਦਿੱਤੀ। ਬਾਪੂ ਜੀ ਮੈਨੂੰ ਇਹ ਦੱਸੋ, ਉਹ ਵੇਲੇ ਯਾਦ ਆਉਂਦੇ ਨੇ, ਸਮੇਂ ਯਾਦ ਆਉਂਦੇ ਨੇ ਜਦੋਂ ਫਿਲਮਾਂ ਦੇ ਵਿੱਚ ਤੁਹਾਡੀ ਲੋੜ ਮਹਿਸੂਸ ਹੁੰਦੀ ਸੀ, ਯਾਦ ਆਉਂਦੀ ਉਹਨਾਂ ਦਿਨਾਂ ਦੀ? ਹਾਂ ਭਾਜੀ ਮੈਨੂੰ ਬੜੀ ਯਾਦ ਆਉਂਦੀ ਕਰਮਾ ਫਿਲਮ ਦੀ, ਮਤਲਬ ਪਾਲੇ ਖਾਨ ਦੀ, ਲੇਹ ਲਗਾਖ। ਸਮਾਂ ਬਲਵਾਨ ਹੁੰਦਾ ਇਹ ਪਤਾ ਚੱਲਦਾ ਹੈ, ਕਿਉਂਕਿ ਬੋਲੀਵੁੱਡ ਫਿਲਮਾਂ ਦੇ ਵਿੱਚ ਆਉਣ ਵਾਲਾ ਇਹ ਜਿਹੜਾ ਅੰਮ੍ਰਿਤਸਰ ਦਾ, ਬਾਪੂ ਜੀ ਨੇ ਅੱਜ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਪਰਿਵਾਰ ਪਾਲਣ ਵਾਸਤੇ ਰਿਸ਼ਤਾ ਚਲਾਉਂਦੇ ਨੇ, ਅਤੇ ਇਸ ਤੋਂ ਹੀ ਇਹਨਾਂ ਦਾ ਪਰਿਵਾਰ ਪਾਲਦਾ ਚੱਲਦਾ ਹੈ।
ਰੋਟੀ ਪਾਣੀ ਕਿਵੇਂ ਚੱਲਦਾ ਪਿਆ ਤੁਹਾਡਾ? ਰੋਟੀ ਪਾਣੀ ਭਾਅ ਜੀ ਮੈਂ ਆਪਣਾ ਬਣਾਉਣਾ ਖਾਣਾ, ਮਤਲਬ ਆਪਣਾ ਬਣਾ ਲਈਦਾ, ਮਤਲਬ ਆਸਾ ਦਾ, ਮਤਲਬ ਸਬਜ਼ੀ ਬਣਾ ਲਈ ਦੀ, ਡਬਲ ਰੋਟੀ ਲੈ ਦੀ, ਦੰਦ ਮੂੰਹ ਵਿੱਚ ਨਹੀਂ ਕੋਈ, ਅਤੇ ਸਬਜ਼ੀ ਬਣਾ ਲਈ ਦੀ, ਡਬਲ ਰੋਟੀ ਲੈ ਦੀ, ਮਤਲਬ ਟਾਈਮ ਪਾਸ ਕਰ ਲਈਦਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜਲਾਲੀ ਅਤੇ ਤੁਸੀਂ ਜੁੜੇ ਹੋ ਸਟੋਲ ਪੰਜਾਬ ਟੀ ਵੀ ਨਾਲ। ਸਿਆਣੇ ਕਹਿੰਦੇ ਨੇ ਕਿ ਨਸੀਬਾਂ ਦੇ ਵਿੱਚ ਜੋ ਹੁੰਦਾ ਉਹੀ ਮਿਲਦਾ ਹੈ, ਅਤੇ ਨਸੀਬ ਹੀ ਨੇ ਜਿਹੜੇ ਬੰਦੇ ਨੂੰ ਅਰਸ਼ ਤੋਂ ਫਰਸ਼ 'ਤੇ ਲੈ ਜਾਂਦੇ ਨੇ ਅਤੇ ਫਰਸ਼ ਤੋਂ ਅਰਸ਼ 'ਤੇ ਲੈ ਆਉਂਦੇ ਨੇ। ਅੱਜ ਜਿਨ੍ਹਾਂ ਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਉਹ ਬੋਲੀਵੁੱਡ ਦੀਆਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਆਏ ਹੋਏ ਨੇ ਅਤੇ ਬੜੇ ਬੜੇ ਬੋਲੀਵੁੱਡ ਸਟਾਰਾਂ ਨਾਲ ਉਹਨਾਂ ਨੇ ਫਿਲਮਾਂ ਦੇ ਵਿੱਚ ਰੋਲ ਵੀ ਅਦਾ ਕੀਤੇ ਹੋਏ ਨੇ, ਅਤੇ ਧਰਮਿੰਦਰ ਦੇ ਨਾਲ ਜਿਹੜੇ ਕਿ ਬੋਲੀਵੁੱਡ ਸਟਾਰ ਨੇ ਉਹਨਾਂ ਦੇ ਨਾਲ ਪਰਿਵਾਰ 'ਚ ਸਾਂਝ ਵੀ ਰਹੀ ਹੈ ਇਹਨਾਂ ਦੀ। ਅਤੇ ਬਾਪੂ ਜੀ ਜਿਹੜੇ ਨੇ ਬੋਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਆਉਂਦੇ ਰਹੇ ਨੇ, ਪਰ ਅੱਜ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਰਿਸ਼ਤਾ ਚਲਾ ਜੇ ਆਪਣਾ ਪਰਿਵਾਰ ਪਾਲ ਰਹੇ ਨੇ, ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਅਤੇ ਬਹੁਤ ਸਾਰੀਆਂ ਬੋਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਰੋਲ ਨਿਭਾਉਂਦੇ ਰਹੇ ਨੇ। ਬਹੁਤਿਆਂ ਦਾ ਸੁਪਨਾ ਹੁੰਦਾ ਬੋਲੀਵੁੱਡ ਸਟਾਰਾਂ ਨੂੰ ਮਿਲਣਾ, ਪਰ ਇਹ ਉਹਨਾਂ ਦੇ ਨਾਲ ਰਹਿੰਦੇ ਰਹੇ ਨੇ ਅਤੇ ਉਹਨਾਂ ਦੀ ਤਰ੍ਹਾਂ ਹੀ ਫਿਲਮਾਂ ਦੇ ਵਿੱਚ ਆਉਂਦੇ ਰਹੇ ਨੇ। ਤਾਂ ਬਾਪੂ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਹਾਂਜੀ ਭਾਅ ਜੀ, ਮੈਂ ਕਰਮਾ ਫਿਲਮ ਵਿੱਚ ਸੀਨ ਹੈਗਾ ਜੀ ਮੇਰਾ, ਅਤੇ ਮਤਲਬ ਮੈਂ ਥਾਲੀ ਵਾਲੇ ਖਲੋਤਾ ਹੁੰਦਾ ਜੀ, ਅਤੇ ਮੈਂ ਮਤਲਬ ਫਿਰ ਪਾਲੇ ਖਾਨ ਗਿਆ ਲੇਹ ਲਦਾਖ, ਫਿਰ ਪਹਿਲਗਾਮ ਬਣੀ ਸੀ ਕਰਮਾ ਫਿਲਮ ਪਹਿਲਗਾਮ, ਅਤੇ ਫਿਰ ਮਤਲਬ ਕਿ ਮੈਂ ਧਮੰਦਰ ਮੁੰਡੇ ਨੂੰ ਜ਼ਿਆਦਾ ਸਿਖਾਉਂਦਾ ਰਿਹਾ, ਅਤੇ ਮਤਲਬ ਧਮੰਦਰ ਮੋਨੇ ਲੇਹ ਘੋੜੇ ਘੋੜਿਆ ਕਹਿੰਦਾ ਮਹਿੰਗੇ ਬੜੇ ਜੀ, ਅਸੀਂ ਸੀ ਆਦੋ ਦੋ ਦੋ ਲੱਖ ਦੇ ਲੈ ਗਿਆ, ਇੱਕ ਰੇਸੀ ਜਾਨਵਰ ਸੀ, ਇੱਕ ਆਖਾ ਮੰਨਦਾ ਸੀ ਜਾਨਵਰ, ਇੱਕ ਰੇਸੀ ਜਾਨਵਰ ਸੀ, ਉਹ ਇੰਨੇ ਨਹੀਂ ਖਰੀਦੇ, ਕਹਿੰਦਾ ਮਹਿੰਗੇ ਬੜੇ ਜੀ, ਉਹ ਦੋ ਦੋ ਲੱਖ ਦੇ ਵਿਕੇ ਮੁੜ ਕੇ। ਜੀ ਪਹਿਲਾਂ ਆਪਣਾ ਨਾਮ ਜ਼ਰੂਰ ਦੱਸੋ, ਤੁਹਾਡਾ ਨਾਮ ਕੀ ਹੈ ਅਤੇ ਕਿੰਨਾ ਚਿਰ ਫਿਲਮਾਂ ਦੇ ਵਿੱਚ ਰਹੇ? ਸ਼ੋਕੀ ਸ਼ੋਕੀ। ਅੱਛਾ, ਫਿਲਮਾਂ ਦੇ ਵਿੱਚ ਕੀ ਨਾਮ ਚੱਲਦਾ ਜੀ ਤੁਹਾਡਾ? ਘੋੜਾ ਭਾਅ ਜੀ ਕਹਿੰਦੇ ਸੀ ਮੈਨੂੰ, ਘੋੜਾ ਭਾਅ ਜੀ ਸਾਰੇ ਘੋੜਾ ਭਾਅ ਜੀ ਕਹਿੰਦੇ ਸੀ ਮੈਨੂੰ, ਇੱਥੇ ਵੀ ਘੋੜਾ ਭਾਅ ਜੀ ਕਹਿਣ ਲੱਗ ਪਏ ਮੈਨੂੰ। ਕਿਹੜੀ ਕਿਹੜੀ ਫਿਲਮ ਸੀ ਬੋਲੀਵੁੱਡ ਦੀ ਜਿਹਨਾਂ ਦੇ ਵਿੱਚ ਤੁਸੀਂ ਆਉਂਦੇ ਰਹੇ ਹੋ? ਮੈਂ ਕਰਮਾ ਫਿਲਮ, ਫਿਰ ਪਾਲੇ ਖਾਨ, ਫਿਰ ਐਲਾਨੇ ਜੰਗ ਮੈਂ ਜਾਂਦਾ ਰਿਹਾ, ਮਤਲਬ ਜੀ ਕਰਮਾ ਫਿਲਮ, ਪਾਲੇ ਖਾਨ, ਲੇਹ ਲਦਾਖ, ਲੇਹ ਲਦਾਖ ਬਰਫਾਂ ਦੇ ਗਿਆ ਮੈਂ, ਇੱਥੇ ਆਉਂਦੇ ਬਿਮਾਰ ਹੋ ਗਿਆ ਭਾਅ ਜੀ, ਮੈਂ ਆਉਂਦੇ ਬਿਮਾਰ ਹੋ ਗਿਆ, ਮੈਂ ਤਾਂ ਚਲਾ ਚਲਾ ਸੀ ਦੇਣ ਦੁਨੀਆ ਤੋਂ, ਮੈਨੂੰ ਟੀਕੇ ਲਾਈਆਂ, ਮੈਂ ਕੋਈ ਚੀਜ਼ ਨਾ। ਇਹ ਦੱਸੋ ਕਿਹੜੇ ਕਿਹੜੇ ਬੋਲੀਵੁੱਡ ਸਟਾਰ ਨੂੰ ਮਿਲੇ ਹੋ ਤੁਸੀਂ ਹੁਣ ਤਾਈ? ਫੋਟੋਆਂ ਫੋਟੋਆਂ ਹੈ ਨਾ ਸਾਰਿਆਂ ਨਾਲ? ਬੜੀਆਂ ਫੋਟੋਆਂ ਭਾਅ ਜੀ, ਦਾਰਾ ਸਿੰਘ ਨਾਲ, ਮਤਲਬ ਧਮਿੰਦਰ ਨਾਲ, ਧਮਿੰਦਰ ਮੁੰਡੇ ਨਾਲ, ਬੋਬੀ ਦੋ ਨਾਲ, ਜੈਗੀ ਨਾਲ, ਜੈਗੀ ਸ਼ਰਾਬ ਨਾਲ, ਮਤਲਬ ਬੜੀਆਂ ਫੋਟੋਆਂ ਜੀ ਮੇਰੇ ਕੋਲ। ਹਾਂਜੀ, ਕੀ ਰੋਲ ਨਿਭਾਉਂਦੇ ਹੁੰਦੇ ਤੁਸੀਂ ਫਿਲਮਾਂ ਦੇ ਵਿੱਚ? ਕਿਹੋ ਜਿਹੇ ਰੋਲ ਮਿਲਦੇ ਹੁੰਦੇ ਤੁਹਾਨੂੰ? ਮਤਲਬ ਮੈਨੂੰ ਰੋਲ ਨਹੀਂ, ਮਤਲਬ ਮੈਂ ਘੋੜਿਆਂ ਕਰਕੇ ਜਾਂਦਾ ਸੀ ਨਾ, ਮੈਂ ਘੋੜੇ ਟਰੱਕਾਂ ਲੱਦਣੇ ਲਾਹਣੇ, ਅਤੇ ਮੈਨੂੰ ਕੋਈ ਰੋਲ ਵੀ ਦੇਣ ਲੱਗ ਪਏ, ਮਤਲਬ ਜੈਗੀ ਵਿਚਾਰਾ ਵਾਕਫ ਹੋ ਗਿਆ, ਉਹ ਵਾਕਫ ਹੋ ਗਿਆ, ਉਹਦੇ ਫਿਲਮ ਬਣੀ ਪਾਲੇ ਖਾਨ, ਅਤੇ ਮਤਲਬ ਉੱਥੇ ਮੌਸਮ ਖਰਾਬ ਹੋ ਜਾਂਦਾ ਸੀ ਅਤੇ ਉਹ ਜੈਗੀ ਨਾਰਾਜ਼ ਹੋ ਗਿਆ, ਉਹ ਡਰਾਈਵਰ ਨਾਲ ਨਾਰਾਜ਼ ਹੋ ਗਿਆ, ਕਹਿੰਦਾ ਅੱਧੀ ਫਿਲਮ ਉੱਥੇ ਬਣਾਵਾਂਗਾ, ਕਹਿੰਦੇ ਇੱਥੇ ਬਣਨੀ ਚਾਹੀਦੀ। ਮੈਂ ਵੇਖ ਰਿਹਾ ਤੁਹਾਡੀ ਦਾਰਾ ਸਿੰਘ ਜੀ ਨਾਲ ਵੀ ਫੋਟੋ ਨੇ, ਦਾਰਾ ਜੀ ਭਲਵਾਨ ਹੁੰਦੇ ਸੀ ਆਪਣੇ ਟਾਈਮ ਦੇ, ਬਹੁਤ ਮੰਨੇ ਪਰਮੰਨੇ, ਤਾਂ ਕਿਸ ਤਰ੍ਹਾਂ ਦਾ ਸੁਭਾਅ ਸੀ ਉਹਨਾਂ ਦਾ? ਬੜਾ ਵਧੀਆ ਸੁਭਾਅ ਸੀ ਭਾਅ ਜੀ ਉਹਨਾਂ ਦਾ, ਮਤਲਬ ਬਹੁਤ ਵਿਚਾਰੇ ਚੰਗੇ ਬੰਦੇ ਸੀ, ਵਿਚਾਰੇ ਸੁਭਾਅ ਬਹੁਤ ਵਧੀਆ ਸੀ ਉਹਨਾਂ ਦਾ, ਦਾਰਾ ਸਿੰਘ ਨਾਲ ਵਿਚਾਰੇ ਦਾ ਬਹੁਤ ਵਧੀਆ ਸੁਭਾਅ ਸੀ। ਅਤੇ ਤੁਸੀਂ ਬਾਪੂ ਜੀ ਬੰਬੇ ਵੀ ਜਾਂਦੇ ਰਹੇ, ਬੰਬੇ ਬੁਲਾਉਂਦੇ ਹੁੰਦੇ ਤੁਹਾਨੂੰ? ਬੰਬੇ ਘੋੜੇ ਲੈ ਕੇ ਜਾਂਦਾ ਸੀ ਨਾ ਮੈਂ, ਇੱਥੋਂ ਬੰਬੇ ਘੋੜੇ ਖੜਦੇ, ਮਤਲਬ ਟਰੱਕਾਂ ਲਾਹਣੇ ਲੱਦਣੇ ਰਸਤੇ ਵਿੱਚ, ਰਾਸ਼ਨ ਖਵਾਉਣੇ ਉਹਨਾਂ ਨੂੰ, ਫਿਰ ਲੱਦਣੇ, ਫਿਰ ਲਾਉਣੇ, ਫਿਰ ਲੱਦਣੇ, ਫਿਰ ਲਾਉਣੇ। ਇਹ ਤੁਹਾਨੂੰ ਉਦੋਂ ਮਿਹਨਤ ਮਿਲਦੀ ਹੁੰਦੀ, ਤੁਹਾਡੀ ਦਿਹਾੜੀ ਦਿੰਦੇ ਹੁੰਦੇ ਸੀ ਫਿਲਮਾਂ ਦੇ ਵਿੱਚ ਆਉਂਦੇ? ਨਹੀਂ ਭਾਅ ਜੀ, ਉਦੋਂ 500 ਰੁਪਇਆ ਭਾਅ ਜੀ ਬੜਾ ਹੁੰਦਾ ਸੀ, 500 ਰੁਪਇਆ ਦਿਹਾੜੀ ਦਿੰਦੇ ਸੀ ਮੈਨੂੰ, ਅਤੇ ਭਾਅ ਜੀ ਮੈਂ ਨਾ ਮਤਲਬ ਫਿਰ ਆ ਗਿਆ, ਕਮਰਾ ਬਣਾਇਆ ਮੈਂ ਆਪਣਾ, ਮਤਲਬ ਬੜਾ ਵਧੀਆ ਮੈਂ ਕਮਰਾ ਬਣਾਇਆ ਪੱਕਾ ਲੈਂਡਰ ਵਾਲਾ, ਅਤੇ ਮਤਲਬ ਬਾਹਰ ਅਜੇ ਰਹਿ ਗਿਆ, ਮਤਲਬ ਥੋੜ੍ਹਾ ਕੁ
ਮਰਨੇ ਦਾ ਕਮਰਾ ਬਾਹਰ ਹੈਗਾ, ਉਹ ਟੀਨਾ ਪਾਈਆਂ ਮੈਂ। ਬਾਪੂ ਜੀ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਤੁਹਾਡੇ ਪਰਿਵਾਰ, ਬੱਚੇ ਜਾਂ ਤੁਹਾਡੀ ਫੈਮਿਲੀ? ਬੱਚੇ ਦੋ ਜੇ ਭਾਈ, ਮੈਂ ਇੱਕ ਕੁੜੀ ਵਿਆਹ ਦਿੱਤੀ, ਇਹਦੇ ਮੁੰਡੇ ਨੂੰ ਬਾਹਰ ਦੇ ਦੇਸ਼ ਦੇ ਭੇਜਤਾ ਉਹਨੇ, ਭਾਂਜੇ ਨੇ ਹੈਂ ਬਾਹਰ ਦੇ ਦੇਸ਼ ਭੇਜਤਾ, ਅਤੇ ਉਹਦੇ ਮਾਂ ਪਿਓ ਮਰ ਕੇ ਚਲੀ ਗਈ, ਉਹ ਚਲੀ ਗਈ ਵਿਚਾਰੀ, ਮੇਰੇ ਕੋਲ ਛੱਡ ਗਿਆ ਮੈਨੂੰ ਅਤੇ ਚਲੀ ਗਈ। ਕਿੰਨਾ ਚਿਰ ਤੁਸੀਂ ਫਿਲਮਾਂ, ਕਿੰਨਾ ਚਿਰ ਪਹਿਲਾਂ ਫਿਲਮਾਂ ਦੇ ਵਿੱਚ ਆਉਂਦੇ ਰਹੇ ਹੋ, ਅੱਜ ਤੋਂ ਕਿੰਨੇ ਦੇਰ ਪਹਿਲਾਂ ਦੀ ਗੱਲ ਹੈ? ਮੈਂ ਕਰਮਾ ਫਿਲਮ ਨੂੰ ਕਿੰਨਾ ਚਿਰ, ਕਿੰਨੇ ਸਾਲ ਹੋ ਗਏ ਭਾਜੀ ਮੈਨੂੰ, ਪਤਾ ਨਹੀਂ 15-20 ਸਾਲ ਹੋ ਗਏ ਕਰਮਾ ਫਿਲਮ ਨੂੰ। ਅਤੇ ਮੈਨੇ ਫਿਰ ਪਾਲੇ ਖਾਨ ਗਿਆ, ਮਤਲਬ ਉੱਥੇ ਗਿਆ, ਮਤਲਬ 15-20 ਸਾਲ ਹੋ ਗਿਆ ਉਹਨੂੰ ਵੀ। ਅਤੇ ਫਿਰ ਜਿਹੜੇ ਫਿਲਮਾਂ ਦੇ ਵਿੱਚ ਆਉਂਦੇ ਨੇ ਉਹਨਾਂ ਨੇ ਬੜੇ ਬੜੇ ਮਹਿਲ ਬਣਾ ਲੈਂਦੇ ਨੇ, ਵੱਡੀਆਂ ਵੱਡੀਆਂ ਗੱਡੀਆਂ ਹੁੰਦੀਆਂ ਨੇ, ਅਤੇ ਤੁਸੀਂ ਅੱਜ ਇਹ ਹਾਲਾਤ ਦੇ ਵਿੱਚ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਤੁਹਾਡੇ? ਭਾਜੀ ਬਹੁਤ ਮਾੜੇ ਹਾਲ ਹੈ, ਮੈਂ ਰਸ਼ਕਾ ਨਹੀਂ ਚੱਲਦਾ, ਮੇਰੇ ਕੋਲ ਵਿਚਾਰੀ ਮੈਡਮ ਆਈ, ਉਹ ਕਹਿੰਦੀ ਮੈਂ ਤੈਨੂੰ ਮਸ਼ੀਨ ਲਵਾ ਦਾਂਗੀ, ਤੈਨੂੰ ਸਕੂਟਰੀ ਲੈ ਦਾਂਗੀ, ਤੂੰ ਸਕੂਟਰੀ ਵੇਖ, ਤੂੰ ਮੈਨੂੰ ਕਿਉਂ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ, ਕਿਉਂ ਨਹੀਂ ਪੈਸੇ ਪੈਸੇ ਜੋੜੇ ਨਹੀਂ ਤੁਸੀਂ ਉਦੋਂ? ਨਹੀਂ ਭਾਜੀ ਪੈਸੇ ਕਿਤੇ ਜੁੜਦੇ ਆ, ਮੈਂ ਨਾ ਮਤਲਬ ਉਹ ਬਣ ਗਏ ਨਾ, ਮਤਲਬ ਮਕਾਨ ਜਿਹਾ ਬਣਾਇਆ, ਮਤਲਬ ਉਹਦੇ ਲੱਗ ਗਏ ਪੈਸੇ ਮੇਰੇ, ਕਮਰਾ ਪਾਇਆ ਨਾ ਪੱਕਾ, ਪਹਿਲੋਂ ਕੱਚਾ ਸੀ ਅਤੇ ਮੈਂ ਫਿਰ ਪੱਕਾ ਬਣਾਇਆ। ਮੈਂ ਬਾਅਦ 'ਚ ਬੰਬੇ ਆਉਣਾ ਜਾਣਾ ਨਹੀਂ ਹੋਇਆ ਤੁਹਾਡਾ? ਬਾਅਦ 'ਚ ਫਿਲਮਾਂ ਦੇ ਵਿੱਚ ਹਰ ਵਿਸਾਖੀ 'ਤੇ ਜਾਂਦਾ ਹੈ ਭਾਅ ਜੀ, ਮੈਂ ਹਰ ਵਿਸਾਖੀ ਦੇ ਘੋੜੇ ਲੈ ਗਿਆ ਨਾ, ਮਾਲਕ ਆਉਂਦਾ ਜੇ ਘੋੜੇ ਖਰੀਦਣ ਅਤੇ ਮੈਨੂੰ ਵਧੋ ਵਧੀ ਖੜਦਾ, ਉਹ ਬਹੁਤ ਵਧੀਆ ਕਹਿੰਦਾ ਚੱਲ ਛੋਕੇ, ਚੱਲ ਛੋਕੇ, ਚੱਲ ਛੋਕੇ ਭਾਅ ਜੀ ਜਾਂਦੇ ਹੋ ਤੁਸੀਂ? ਆਹੋ ਹਰ ਵਿਸਾਖੀ ਦੇ। ਹੁਣ ਕਿਹੜੇ ਕਿਹੜੇ ਹੀਰੋ ਨੂੰ ਮਿਲਦੇ ਉੱਥੇ? ਮੈਂ ਮਿਲਾਂਗਾ ਭਾਅ ਜੀ ਸਾਰਿਆਂ ਨੂੰ, ਮਤਲਬ ਜਦੋਂ ਮਤਲਬ ਜਿਹੜੀ ਫਿਲਮ ਬਣੇਗੀ ਉਹ ਤਾਂ ਸਾਰਿਆਂ ਨੂੰ ਮਿਲਾਂਗਾ। ਬੜੀ ਫਿਲਮ ਕੋਈ ਨਾ ਕੋਈ ਉਹਨਾਂ ਜਾਂਦੇ ਹੀ ਜਾਂਦੇ ਆ, ਛੁਟਕਾਂ ਦੇ ਮਤਲਬ ਘੋੜੇ ਉਹਨਾਂ ਦੇ। ਅਤੇ ਮੈਨੂੰ ਇਹ ਦੱਸੋ ਜਦੋਂ ਧਰਮਿੰਦਰ ਦੇ ਪੁੱਤਰ ਬੌਬੀ ਦਿਓਲ ਨੂੰ ਮਿਲੇ ਸੀ ਤੁਸੀਂ, ਉਹਨਾਂ ਨਾਲ ਕਿਹੋ ਜਿਹੀ ਸਾਂਝ ਹੈ ਤੁਹਾਡੀ? ਬੜੀ ਵਧੀਆ ਸਾਂਝ ਸੀ, ਜਾਜਾ ਸਿਖਾਉਂਦਾ ਰਿਹਾ ਵਿਚਾਰੇ ਨੂੰ, ਬੌਬੀ ਦਿਓਲ ਨੂੰ ਭਾਅ ਜੀ ਮੈਂ ਜਾਜਾ ਸਿਖਾਉਂਦਾ ਰਿਹਾ, ਮੈਂ ਘੋੜੇ ਦੀ ਆ, ਮਤਲਬ ਉਹ ਡੈਡੀ ਨੂੰ ਰੋਂਦਾ ਸੀ, ਕਹਿੰਦਾ ਜੀ ਡੈਡੀ ਘੋੜੇ ਜ਼ਰੂਰ ਮੁੱਲ ਲੈ ਲਾ ਦੋਨੇ, ਇੱਕ ਰੇਸੀ ਜਾਨਵਰ ਸੀ ਭਾਅ ਜੀ, ਉੱਡ ਜਾਂਦੇ ਬੰਦੇ ਨੂੰ ਲੈ ਕੇ, ਮੈਂ ਕਿਹਾ ਧਰਮਿੰਦਰ ਸਾਹਿਬ ਲੈ ਲਓ, ਮੈਂ ਜਿੰਨਾ ਮਰਜ਼ੀ ਰੇਖ ਲਵਾ ਦਿਓ, ਮੈਂ ਕਿਹਾ ਇੱਕ ਸ਼ਰਤ ਨਹੀਂ ਹਰੇਗੀ ਧਰਮਿੰਦਰ ਸਾਹਿਬ ਜੀ, ਇੱਕ ਸ਼ਰਤ ਨਹੀਂ ਹਰੇਗੀ, ਅਤੇ ਮੈਂ ਕਿਹਾ ਤੁਸੀਂ ਖਰੀਦੋ ਤੁਸੀਂ, ਮੈਂ 80,000 ਮੰਗਣੀ, 2-2 ਲੱਖ ਦੇ ਹੈਗੇ ਜੇ, ਅਤੇ ਉਹ 2 ਲੱਖ ਦਾ ਲੈ ਗਿਆ ਉਹ ਖਿਡਾਰੀ, ਆ ਉਡਾ ਲੈਣਾ ਸੀ, ਉਹ 2 ਲੱਖ ਦਾ ਲੈ ਗਿਆ ਉਹ ਖਿਡਾਰੀ। ਦੇਖੋ ਜੀ ਹਾਲਾਤ ਅਤੇ ਨਸੀਬ ਬੰਦੇ ਨੂੰ ਫਰਸ਼ ਤੋਂ ਅਰਸ 'ਤੇ, ਅਰਸ਼ ਤੋਂ ਫਰਸ਼ 'ਤੇ ਲੈ ਆਉਂਦੇ ਨੇ, ਅਤੇ ਇਹਨਾਂ ਨੂੰ ਅਰਸ਼ ਤੋਂ ਜਿਹੜਾ ਫਰਸ਼ 'ਤੇ ਲੈ ਆਉਂਦਾ। ਬਾਪੂ ਜੀ ਦੱਸ ਰਹੇ ਨੇ ਕਿ ਧਰਮਿੰਦਰ ਦੇ ਪੁੱਤਰ ਬੌਬੀ ਦਿਓਲ ਨਾਲ ਪੋਸਤਾਂ ਰਹੀ ਇਹਨਾਂ ਦੀ, ਅਤੇ ਉਹਨਾਂ ਨੇ ਉਹ ਉਦੋਂ ਬਚਪਨ ਦੇ ਵਿੱਚ ਸੀਗਾ ਬਾਪੂ ਬੌਬੀ ਦਿਓਲ ਜੀ ਨੂੰ ਇਹ ਮਿਲਦੇ ਰਹੇ ਹੋ ਤੁਸੀਂ, ਕਿਹੜੀ ਕਿਹੜੀ ਚੀਜ਼ ਦੀ ਇਜਾਜ਼ ਦੱਸੀ ਤੁਸੀਂ? ਉਹਨੂੰ ਮੈਂ ਘੋੜੇ ਦੇ ਮਤਲਬ ਛਾਲਾਂ ਬਣਾਉਂਦਾ ਰਿਹਾ, ਜੰਮ ਬਣਾਉਂਦਾ ਰਿਹਾ, ਬੜਾ ਵਧੀਆ ਜਾਨਵਰ ਸੀ, ਰਬਾਲ ਤੁਰਦਾ ਸੀ ਘੋੜਾ, ਮਤਲਬ ਬੜਾ ਵਧੀਆ। ਕਹਿੰਦੇ ਧਰਮਿੰਦਰ, ਕਹਿੰਦੇ ਕਿ ਧਰਮਿੰਦਰ ਦਾ ਸੁਭਾਅ ਬਹੁਤ ਵਧੀਆ ਹੈ, ਪੰਜਾਬੀਆਂ ਨੂੰ ਬਹੁਤ ਪਿਆਰ ਦਿੰਦੇ ਨੇ ਉੱਥੇ ਜਦੋਂ ਜਾਂਦੇ ਆ। ਹਾਂਜੀ ਹਾਂਜੀ, ਧਰਮਿੰਦਰ ਦਾ ਸੁਭਾਅ ਤਾਂ ਠੀਕ ਸੀ, ਮਤਲਬ ਉਹ ਜਿਹੜਾ ਕੋਈ ਬੋਲਦਾ ਸੀ ਫਿਰ ਉਹਨੂੰ ਛੱਡਦਾ ਸੀ ਪੁੱਠਿਆ ਦੀ, ਅਤੇ ਮਤਲਬ ਉਸ ਤਰ੍ਹਾਂ ਨਹੀਂ ਵਿਚਾਰਾ, ਉਸ ਤਰ੍ਹਾਂ ਦੇ ਬੜਾ ਸ਼ਰੀਫ ਵਿਚਾਰਾ, ਉਸ ਤਰ੍ਹਾਂ ਦੇ ਕੋਈ ਗੱਲ ਹੀ ਨਹੀਂ, ਉਸ ਤਰ੍ਹਾਂ ਵਿਚਾਰਾ ਬਹੁਤ ਚੰਗਾ ਬੰਦਾ, ਬੰਦਾ ਜੀ ਗੱਲਬਾਤ ਕਰਨਾ ਸੀ ਬਹੁਤ ਵਧੀਆ ਬੰਦਾ ਵਿਚਾਰਾ। ਇਹ ਤੋਂ ਇਲਾਵਾ ਤੁਸੀਂ ਜਦੋਂ ਲੇਹ ਲਦਾਖ ਗਏ ਸੀ ਉਦੋਂ ਕੀ ਬਣਿਆ ਉੱਥੇ, ਕਿਸ ਤਰ੍ਹਾਂ ਦਾ ਮਾਹੌਲ ਬਣਿਆ? ਲੇਹ ਲਗਾ ਮੌਸਮ ਹੀ ਖਰਾਬ ਹੋ ਜਾਂਦਾ ਸੀ, ਉਹ ਜੈਗੀ ਗੁੱਸੇ ਨਾਰਾਜ਼ ਹੋ ਗਿਆ ਡਰਾਈਡਰ ਨਾਲ, ਉਹ ਡਰਾਈਡਰ ਨਾਲ ਗੁੱਸੇ ਨਾਰਾਜ਼ ਹੋ ਗਿਆ, ਕਹਿੰਦਾ ਅੱਧੀ ਫਿਲਮ ਉੱਥੇ ਬਣਾਵਾਂਗੇ, ਕਹਿੰਦਾ ਇੱਥੇ ਬਣਨੀ ਚਾਹੀਦੀ, ਬਸ ਇੰਨੀ ਗੱਲ ਹੋਈ, ਅਤੇ ਮਤਲਬ ਉਹ ਕਹਿੰਦਾ ਨਹੀਂ ਇੱਥੇ ਬਣਨੀ ਚਾਹੀਦੀ, ਅਤੇ ਉਹ ਕਹਿੰਦਾ ਨਹੀਂ ਉੱਥੇ ਬਣਾਵਾਂਗੇ, ਫਿਲਮ ਫੇਲ ਹੋ ਜਾਣੀ ਹੈ, ਉੱਥੇ ਬਣਾਵਾਂਗੇ ਬੰਬੇ। ਹੁਣ ਕਿੰਨੀ ਕੁ ਦਿਹਾੜੀ ਪੈ ਜਾਂਦੀ ਤੁਹਾਡੀ ਪਰਿਵਾਰ ਚਲਾਉਣ ਵਾਸਤੇ, ਦਿਹਾੜੀ ਕਿੰਨੀ ਕੁ ਮਿਲ ਜਾਂਦੀ ਤੁਹਾਨੂੰ? ਮਤਲਬ 100-150 ਰੁਪਈਆ, ਕਦੀ 200, ਕਦੀ 150, ਕਦੀ 200, ਕਦੀ 100, ਕਦੀ ਨਹੀਂ ਵੀ, ਕਦੀ ਫਿਰ ਲੱਗਦਾ ਕਿਸੇ ਨੇ ਲੱਗ ਜਾਂਦਾ, ਕਿਸੇ ਨੇ ਨਹੀਂ ਲੱਗਦਾ। ਆਪਣਾ ਰਿਸ਼ਤਾ ਤੁਹਾਡਾ ਜਾਂ ਕਿਵੇਂ? ਕਿਰਾਏ ਦੇ ਭਾਅ ਜੀ ਮੈਂ 40 ਰੁਪਏ ਕਿਰਾਇਆ ਦੇਣਾ ਇਹਦਾ। ਹਾਂਜੀ 40 ਰੁਪਈਏ ਕਿਰਾਇਆ ਦੇਣਾ ਮਤਲਬ ਇਹਦਾ।
ਤੇ ਮੈਂ ਚਲੋ ਚਲਾਈ ਜਾਓ ਮਤਲਬ ਵਧੀਆ 40 ਰੁਪਈਆਂ ਦਾ ਫੇਰਾ ਲਾ ਕੇ ਇੱਕ ਤੇ ਮਤਲਬ ਚਲੋ ਜੋ ਮਾਂਜੇ ਚਲੋ ਹੋਈ ਸੀ ਟਾਈਮ ਪਾਸ ਕਰੀ ਜਾਈ। ਕਿਸੇ ਵੱਡੇ ਫਿਲਮੀ ਹੀਰੋ ਨੇ ਮਦਦ ਨਹੀਂ ਕੀਤੀ ਤੁਹਾਡੀ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਥੋੜ੍ਹੀ ਬਹੁਤੀ ਮਦਦ ਦਿੱਤੀ ਹੋਵੇ ਤੁਹਾਨੂੰ ਜਿਸ ਨੇ? ਭਾਜੀ ਮੈਨੂੰ ਕਿਸੇ ਨੇ ਮਦਦ ਨਹੀਂ ਦਿੱਤੀ ਤੇ ਬੰਦਰ ਖੇਡੀ ਲਾ ਘੋੜੇ ਤੇ ਮੈਂ ਮੇਰਾ ਰੇਸੀ ਜਾਨਵਰ ਸੀ ਇੱਕ ਓਰਿਜਨਲ ਬੰਦੇ ਲੈ ਕੇ ਉਸ ਤਰ੍ਹਾਂ ਹੀ ਉਹਨੇ ਸ਼ਰਤਾਂ ਬਣੀਆਂ ਜਿੱਤੀਆਂ ਭਾਜੀ ਜਿਹਨੇ ਖਰੀਦਿਆ ਨਾ 2 ਲੱਖ ਦਾ ਉਹਨੇ ਸ਼ਰਤਾਂ ਬਣੀਆਂ ਜਿੱਤੀਆਂ ਉਹ ਡਿੱਗ ਪਿਆ ਕੇ ਸਮੁੰਦਰ 'ਤੇ ਡਿੱਗ ਪੈਂਦੇ ਤੇ ਲੱਭਣਾ ਹੀ ਨਹੀਂ ਉਹ ਜਾਨਵਰ ਨੇ ਵੀ ਅਤੇ ਬੰਦੇ ਨੇ ਵੀ। ਬਾਪੂ ਜੀ ਮੈਨੂੰ ਇਹ ਦੱਸੋ ਉਹ ਵੇਲੇ ਯਾਦ ਆਉਂਦੇ ਨੇ ਸਮੇਂ ਯਾਦ ਆਉਂਦੇ ਨੇ ਜਦੋਂ ਫਿਲਮਾਂ ਦੇ ਵਿੱਚ ਤੁਹਾਡੀ ਲੋੜ ਮਹਿਸੂਸ ਹੁੰਦੀ ਸੀ ਯਾਦ ਆਉਂਦੀ ਉਹਨਾਂ ਦਿਨਾਂ ਦੀ? ਹਾਂ ਭਾਈ ਮੈਨੂੰ ਬੜੀ ਯਾਦ ਆਉਂਦੀ ਕਰਮਾ ਫਿਲਮ ਦੀ ਮਤਲਬ ਪਾਲੇ ਖਾਨ ਦੀ ਲੇਹ ਲਗਾਖ। ਲੇਹ ਲਗਾਖ ਗਿਆ ਮੈਂ ਆਉਂਦੇ ਗਰਮ ਸਰਦ ਹੋ ਗਿਆ ਭਾਜੀ ਮੈਂ ਇੱਥੇ ਆਉਂਦੇ ਗਰਮ ਸਰਦ ਹੋ ਗਿਆ ਮੈਂ ਮਾਰੀ ਚੱਲਿਆ ਸੀ ਮਤਲਬ ਟੀਕੇ ਲਾਈਆ ਮੈਨੂੰ ਟੀਕੇ ਲਾਈਆ ਮੈਂ ਡਾਕਟਰ ਸਾਹਿਬ ਮੈਂ ਠੀਕ ਹੋ ਗਿਆ ਮੈਂ ਠੀਕ ਹੋ ਗਿਆ ਅਤੇ ਕੁਛ ਵੀ ਨਹੀਂ ਸੀ ਬਿਮਾਰੀ ਮੈਨੂੰ ਅਤੇ ਮੈਂ ਮੈਦਾ ਖਰਾਬ ਹੋਇਆ ਮਤਲਬ ਉਹ ਮੈਂ ਚਾਚਾ ਮਿਲਿਆ ਕਹਿੰਦਾ ਕੀ ਹੋਇਆ ਮੈਂ ਹੱਥਾਂ ਲਵਾਂ ਚਾਚਾ ਮੈਂ ਕਿਹਾ ਮੈਨੂੰ ਤਾਂ ਟੀਕੇ ਲਾ ਲਾ ਕੇ ਮਾਰ ਦੇਣ ਲੱਗੇ ਸੀ ਮੈਂ ਕਿਹਾ ਮੈਂ ਲੇਹ ਲਗਾ ਖੋ ਆਇਆ। ਬਾਪੂ ਜੀ ਫੋਟੋਆਂ ਦਿਖਾਓ ਜਿਹੜੀਆਂ ਫੋਟੋਆਂ ਨੇ ਫੋਟੋਆਂ ਜ਼ਰੂਰ ਦਿਖਾਓ ਅਤੇ ਇਹ ਹਾਲਾਤ ਨੇ ਬਾਲੀਵੁੱਡ ਫਿਲਮਾਂ ਦੇ ਵਿੱਚ ਆਉਣ ਵਾਲੇ ਜਿਹੜੇ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਪਰ ਅੱਜ ਹਾਲਾਤ ਜਿਹੜੇ ਨੇ ਵੱਧ ਤੋਂ ਬਦਤਰ ਹੋਏ ਨੇ। ਚਾਹੇ ਬਾਲੀਵੁੱਡ ਸਟਾਰਾਂ ਨੂੰ ਮਿਲਣ ਦਾ ਸੁਪਨਾ ਬਹੁਤਿਆਂ ਦਾ ਹੁੰਦਾ ਹੈ ਅਤੇ ਬਹੁਤਿਆਂ ਦਾ ਸੁਪਨਾ ਹੁੰਦਾ ਜੀ ਉਹਨਾਂ ਨੂੰ ਫਿਲਮਾਂ ਦੇ ਵਿੱਚ ਛੋਟਾ ਮੋਟਾ ਰੋਲ ਵੀ ਮਿਲ ਜਾਵੇ ਅਤੇ ਇਹ ਤਸਵੀਰਾਂ ਨੇ ਇਹਨਾਂ ਦੀਆਂ ਜਿਹੜੀਆਂ ਜਿਹੜੇ ਬਾਲੀਵੁੱਡ ਸਟਾਰ ਦੇ ਨਾਲ ਉਹਨਾਂ ਦਿਨਾਂ ਦੇ ਵਿੱਚ ਫਿਲਮ ਫੋਟੋਆਂ ਦਾ ਇੰਨਾ ਰਿਵਾਜ਼ ਨਹੀਂ ਸੀ ਪਰ ਫਿਰ ਵੀ ਇਹਨਾਂ ਨੇ ਯਾਦਾਂ ਦੇ ਤੌਰ 'ਤੇ ਇਹ ਤਸਵੀਰਾਂ ਸੰਭਾਲੀਆਂ ਹੋਈਆਂ ਨੇ ਜਿਸ ਦੇ ਵਿੱਚ ਧਰਮਿੰਦਰ ਜੀ ਨਾਲ ਫੋਟੋ ਹੈ ਉਹਨਾਂ ਦੇ ਬੇਟੇ ਬੌਬੀ ਦਿਓਲ ਨਾਲ ਅਤੇ ਭਲਵਾਨ ਦਾਰਾ ਸਿੰਘ ਜੀ ਜਿਹੜੇ ਇਸ ਦੁਨੀਆ ਦੇ ਉੱਪਰ ਨਹੀਂ ਹੈ ਇਸ ਵੇਲੇ ਪਰ ਉਹਨਾਂ ਨਾਲ ਫੋਟੋਆਂ ਜਿਹੜੀਆਂ ਯਾਦਾਂ ਦੇ ਰੂਪ ਦੇ ਵਿੱਚ ਸੰਭਾਲੀਆਂ ਹੋਈਆਂ ਨੇ। ਸਮੇਂ ਦੀ ਇਹੋ ਜਿਹੀ ਪਲਟੀ ਵੱਜੀ ਗਈ ਜਿਸ ਸਮਾਂ ਜਿਹੜਾ ਹੈ ਸਮਾਂ ਬਲਵਾਨ ਹੁੰਦਾ ਇਹ ਪਤਾ ਚੱਲਦਾ ਹੈ ਕਿਉਂਕਿ ਬਾਲੀਵੁੱਡ ਫਿਲਮਾਂ ਦੇ ਵਿੱਚ ਆਉਣ ਵਾਲਾ ਇਹ ਜਿਹੜਾ ਅੰਮ੍ਰਿਤਸਰ ਦਾ ਬਾਪੂ ਜੀ ਨੇ ਅੱਜ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਪਰਿਵਾਰ ਪਾਲਣ ਵਾਸਤੇ ਦਿਹਾੜੀ ਚਲਾ ਰਿਸ਼ਤਾ ਚਲਾਉਂਦੇ ਨੇ ਅਤੇ ਇਸ ਤੋਂ ਹੀ ਇਹਨਾਂ ਦਾ ਪਰਿਵਾਰ ਪਾਲਦਾ ਚੱਲਦਾ ਹੈ। 40 ਰੁਪਈਏ ਰੋਜ਼ਾਨਾ ਦੀ ਦਿਹਾੜੀ ਜਿਹੜਾ ਰਿਸ਼ਤੇ ਦਾ ਰੈਂਟ ਦਿੰਦੇ ਨੇ ਅਤੇ ਫਿਰ ਪਰਿਵਾਰ ਚਲਾਉਂਦੇ ਨੇ। ਤਾਂ ਬਾਪੂ ਜੀ ਫਿਰ ਮਦਦ ਹੁੰਦੀ ਹੈ ਜਾਂ ਨਹੀਂ ਹੁੰਦੀ ਹੁਣ ਰੋਟੀ ਪਾਣੀ ਕਿਵੇਂ ਚੱਲਦਾ ਪਿਆ ਤੁਹਾਡਾ? ਰੋਟੀ ਪਾਣੀ ਭਾਜੀ ਮੈਂ ਆਪਣਾ ਬਣਾਉਣਾ ਖਾਣਾ ਮਤਲਬ ਆਪਣਾ ਬਣਾ ਲਈਦਾ ਮਤਲਬ ਆਸਾ ਦਾ ਮਤਲਬ ਸਬਜ਼ੀ ਬਣਾ ਲਈ ਦੀ ਡਬਲ ਰੋਟੀ ਲੈ ਦੀ ਦੰਦ ਮੂੰਹ ਵਿੱਚ ਨਹੀਂ ਕੋਈ ਅਤੇ ਸਬਜ਼ੀ ਬਣਾ ਲਈ ਦੀ ਡਬਲ ਰੋਟੀ ਲੈ ਦੀ ਮਤਲਬ ਟਾਈਮ ਪਾਸ ਕਰ ਲਈਦਾ। ਕਿਸੇ ਫਿਲਮੀ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਦੁਬਾਰਾ ਫਿਲਮਾਂ ਦੇ ਵਿੱਚ ਰੋਲ ਨਹੀਂ ਦਿੱਤਾ ਤੁਹਾਨੂੰ ਹੁਣ? ਨਹੀਂ ਉਹ ਭਾਜੀ ਵਿਸਾਖੀ ਦੇ ਵਿਸਾਖੀ ਦਿੰਦੇ ਆ ਮਤਲਬ ਮਾਲਕ ਆਉਂਦਾ ਨਾ ਘੋੜੇ ਖਰੀਦਣੇ ਇੱਥੇ ਘੋੜੇ ਖੜਦਾ ਮੁੱਲ ਅਤੇ ਮਤਲਬ ਮੈਂ ਘੋੜੇ ਸਰੋਂ ਲੈ ਕੇ ਜਾਂਦੇ ਅੰਮ੍ਰਿਤਸਰੋਂ ਲੈ ਕੇ ਜਾਂਦੇ ਆ ਘੋੜੇ ਬੰਬੇ ਅਤੇ ਫਿਰ ਟਰੱਕਾਂ ਦੇ ਮਾਲ ਲਾਹਣੇ ਲੱਦਣੇ ਘੜੀ ਮੜੀ ਲਾਹਣੇ ਲੱਦਣੇ ਰਸਤੇ ਵਿੱਚ ਫਿਰ ਉਹਨਾਂ ਨੂੰ ਖੜਨਾ ਬੰਬੇ ਤੱਕ ਅਤੇ ਮਤਲਬ ਉਹ ਵੀ 500 ਰੁਪਈਆ ਦਿਹਾੜੀ ਦਿੰਦੇ ਸੀ ਅਤੇ ਕਰਮਾ ਫਿਲਮ ਦੇ ਵਿੱਚ ਵੀ ਮਤਲਬ 500 ਰੁਪਈਆ ਦਿਹਾੜੀ ਮਤਲਬ ਪਾਲੇ ਖਾਣ ਗਿਆ ਉਹ ਵੀ 500 ਰੁਪਈਆ ਦਿਹਾੜੀ ਮਤਲਬ ਕਿੱਥੇ ਜਾਂਦਾ ਰਿਹਾ ਮੈਂ ਦੇਖੋ। ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਅਤੇ ਬਾਪੂ ਜੀ ਜਿਹੜੇ ਨੇ ਅੱਜ ਕੱਲ੍ਹ ਆਮ ਹੀ ਅੰਮ੍ਰਿਤਸਰ ਦੇ ਰੋਡਾਂ ਦੇ ਉੱਪਰ ਤੁਹਾਨੂੰ ਨਜ਼ਰ ਆ ਜਾਣ ਜੀ ਕਿਉਂਕਿ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਪਰਿਵਾਰ ਪਾਲਣ ਵਾਸਤੇ ਮਿਹਨਤ ਨੂੰ ਤਰਜੀਹ ਦੇ ਰਹੇ ਨੇ। ਵੱਡੀਆਂ ਵੱਡੀਆਂ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਰੋਲ ਨਿਭਾਏ ਨੇ ਵੱਡੇ ਵੱਡੇ ਫਿਲਮੀ ਸਟਾਰਾਂ ਦੇ ਨਾਲ ਵੀ ਆਉਂਦੇ ਰਹੇ ਨੇ ਤਾਂ ਸਾਨੂੰ ਵੀ ਜ਼ਰੂਰਤ ਇਹੋ ਜਿਹੜੇ ਇਨਸਾਨ ਨੇ ਇਹਨਾਂ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ ਇਹਨਾਂ ਨੂੰ ਉਹਨਾਂ ਦਾ ਬਣਦਾ ਮਾਨ ਸਨਮਾਨ ਮਿਲਣਾ ਚਾਹੀਦਾ ਹੈ। ਤਾਂ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ ਤੁਸੀਂ ਜੁੜੇ ਰਹੋ ਸਟਰੋਲ ਪੰਜਾਬ ਟੀਵੀ ਨਾਲ।